ਹਾਂਜੀ ਪਿਆਰੇ ਵਿਦਿਆਰਥੀਓ ਜਿਹੜੀ ਚੀਜ਼ ਦੀ ਤੁਹਾਨੂੰ ਉਡੀਕ ਸੀ ਬਹੁਤ ਮੈਂ ਮੈਸੇਜ ਵੀ ਆਏ ਮੈਨੂੰ ਕਿ ਮੈਂ ਇਤੋਂ অলੰਪੀਆਡ ਦਾ ਰਿਜ਼ਲਟ ਕਦੋਂ ਆਊਗਾ ਚਲੋ ਹੁਣ ਤੁਸੀਂ ਆਪਣਾ ਰਿਜ਼ਲਟ ਇਸ ਲੈਟਰ ਦੇ ਰਾਹੀਂ ਦੇਖ ਲਓ ਇੱਧਾ ਬਾਇ ਨੇਮ ਨਹੀਂ ਹੈ ਬਲਕਿ ਦਾ ਰਿਜ਼ਲਟ ਸਿਰ ਤੁਹਾਨੂੰ ਇਹ ਦੱਸੂਗਾ ਵੀ ਕਿਹੜੇ-ਕਿਹੜੇ ਬੱਚੇ ਸਿਲੈਕਟ ਹੋਏ ਨੇ ਦੇਖੋ ਇਹਦਾ ਟਾਈਟਲ ਕੀ ਲਿਖਿਆ 6ਵੀਂ ਤੋਂ 10ਵੀਂ ਜਮਾਤਾਂ ਲਈ ਮੈਥ 올ੰਪੀਆਡ ਦੇ ਰਿਜ਼ਲਟ ਸੰਬੰਧੀ ਜਿਵੇਂ ਕਿ ਗੱਲ ਤੁਹਾਨੂੰ ਪਤਾ ਹੈ ਵੀ 21 ਜਨਵਰੀ 2022 ਨੂੰ ਕੀ ਹੋਇਆ ਸੀ ਮੈਥ 올ੰਪੀਆ ਤਾਂ ਅਰੇ ਜਿ ਤੁਹਾਨੂੰ ਇਹ ਦੱਸਿਆ ਗਿਆ ਸੀ ਵੀ ਪਹਿਲੇ 1000 ਬੱਚੇ ਨੂੰ ਕੀ ਮਿਲਣਾਗਾ ਪ੍ਰਾਈਜ਼ ਪ੍ਰਾਈਜ਼ ਚ ਕੀ ਸੀ ਕੁਝ ਕੈਸ਼ ਸੀ ਤੇ ਬਾਕੀ ਕੀ ਸੀ ਸਰਟੀਫਿਕੇਟ ਤਾਂ ਹੁਣ ਪੇਪਰ ਔਨਲਾਈਨ ਹੋਇਆ ਸੀ ਤਾਂ ਬਹੁਤ ਸਾਰੇ ਬੱਚਿਆਂ ਨੇ ਪੂਰੇ ਬਟਾ ਪੂਰੇ ਅੰਕ ਲਏ ਤਾਂ ਮੈਰਿਟ ਦੇ ਵਿੱਚ ਜਿਹੜੇ ਛੇਮੀ ਦੇ ਬੱਚੇ ਆਏ ਨੇ ਉਹ ਆਗੇ 2700 6 ਬੱਚੇ ਹੁਣ ਇਹਦਾ ਦਾ ਕਰ ਨਹੀਂ ਸਕਦੇ ਵੀ ਇਹਨਾਂ ਚੋਂ ਪਹਿਲੇ 1000 ਬੱਚੇ ਨੂੰ ਦੇ ਦਈਏ ਹੁਣ ਜਿਹੜੇ ਬੱਚੇ ਨੇ ਪੂਰੇ ਨੰਬਰ ਲੈਂਤੇ ਨੇ ਤਾਂ ਵਿਭਾਗ ਨੇ ਡਿਪਾਰਟਮੈਂਟ ਨੇ ਸਾਰੇ ਦੇ ਸਾਰੇ ਬੱਚਿਆਂ ਨੂੰ ਹੀ ਮੈਰਿਟ ਦੇ ਲਈ ਯੋਗ ਪਾਇਆ ਇਹਦਾ ਮਤਲਬ ਜਿੰਨਾ ਬੱਚਿਆਂ ਦੇ 30 ਆਊਟ ਆਫ 30 ਸੀ ਉਹ ਬੱਚਿਆਂ ਨੂੰ ਕੀ ਮਿਲੂਗਾ ਕੈਸ਼ ਪ੍ਰਾਈਸ ਤੇ ਮਗਰ ਕੀ ਲਿਖਿਆ ਮੈਰਿਟ ਸਰਟੀਫିକੇਟ ਐਸੇ ਤਰੀਕ ਸੱਤਵੀਂ ਦੇ ਵਿੱਚ ਵੀ 1000 11 ਵਿਦਿਆਰਥੀਆਂ ਦੇ ਜਿਹੜੇ ਅੰਕ ਆਏ ਨੇ ਉਹ 30 ਆਊਟ ਆਫ 30 ਨੇ ਤਾਂ ਸਾਰੇ ਬੱਚੇ ਜਿਨ੍ਹਾਂ ਨੇ ਪੂਰੇ ਬਟਾ ਪੂਰੇ ਅੰਕ ਲਏ ਨੇ ਉਹਨਾਂ ਨੂੰ ਕੀ ਮਿਲਣਾ ਕੈਸ਼ ਪ੍ਰਾਈਸ ਤਨ ਲਾ ਗਈ ਦੀ ਗੱਲ ਕੀਤੀ ਸੀ ਆਪਾਂ 6ਵੀਂ ਦੀ 30 ਆਊਟ ਆਫ 30 ਸੇਮ ਫੋਰ 7ਥ 30 ਆਊਟ ਆਫ 30 ਅੱਠਵੀਂ ਦੇ ਵਿੱਚ ਜਿਹੜੇ ਬੱਚਿਆਂ ਨੇ ਪੂਰੇ ਬਟਾ ਪੂਰੇ ਅੰਕ ਲਏ ਨੇ ਉਹ ਕਿੰਨੇ ਬੱਚੇ ਨੇ 809 ਇਹਨਾਂ ਬੱਚਿਆਂ ਨੂੰ ਵੀ ਪ੍ਰਾਈਜ਼ ਮਿਲਣਾ ਕਿੰਨੇ ਨੰਬਰ ਨੇ 30 ਵਿੱਚੋਂ 30 30 ਆਊਟ ਆਫ 30 ਇਹਨਾਂ ਬੱਚਿਆਂ ਨੂੰ ਪ੍ਰਾਈਜ਼ ਜਿਹੜਾ ਮਿਲਣਾ ਹੈ ਉਹ ਮਿਲਣਾ 500 ਰੁਪਿਆ ਕੈਸ਼ ਤੇ ਨਾਲ ਕੀ ਮਿਲਣਾ ਮੈਰਿਟ ਸਰਟੀਫੀਕੇਟ ਤਦੋਂ ਬਾਰ ਬਾਰ ਇਹ ਚੀਜ਼ ਤੇ ਰੱਖਿਓ 6ਵੀਂ 7ਵੀਂ 8ਵੀਂ ਤਿੰਨੇ ਜਮਾਤਾਂ ਦੇ ਵਿੱਚ ਕੇਵਲ ਫੁੱਲ ਮਾਰਕਸ ਵਾਲੇ ਬੱਚਿਆਂ ਨੂੰ ਹੀ ਪ੍ਰਾਈਜ਼ ਦੇ ਲਈ ਯੋਗ ਪਾਇਆ ਗਿਆ ਇਹਦਾ ਮਤਲਬ ਇਹ ਨਾ ਸਮਝਿਓ ਵੀ ਜਿਹੜੇ ਬੱਚਿਆਂ ਦੇ 29 ਨੰਬਰ ਆਏ ਨੇ 29 ਨੇ ਜਾਂ 28 ਨੇ ਵੀ ਉਹ ਹੁਸ਼ਿਆਰ ਨਹੀਂ ਹੈਗੇ ਜਾ ਉਹਨਾਂ ਨੂੰ ਆਉਂਦਾ ਨਹੀਂ ਤੇ ਮਨ ਕੇ ਜੇ ਇਹਨਾਂ ਦੇ ਬੱਚਿਆਂ ਦੀ ਫਰਸਟ ਪੋਜੀਸ਼ਨ ਇਹਨਾਂ ਦੀ ਸੈਕਿੰਡ ਹੈ ਤੇ ਇਹਨਾਂ ਦੀ ਕਿਹੜੀ ਪੋਜੀਸ਼ਨ ਹੈ ਥਰਡ ਸਾਰੇ ਹੀ ਬੱਚੇ ਸ਼ਹਿਰ ਨੇ ਲੇਕਿਨ ਜੋ ਪ੍ਰਾਈਜ਼ ਮਿਲਣਾ ਉਹ ਕੇਵਲ 30 ਆਊਟ ਆਫ 30 ਵਾਲੇ ਨੂੰ ਹੀ ਮਿਲਣਾ 9th 9th ਦੇ ਵਿੱਚ 1300 10 ਬੱਚੇ ਨੇ ਤੇ ਇਹਦੇ ਵਿੱਚ ਇਹਨਾਂ ਨੇ 35 ਆਊਟ ਆਫ 35 ਵਾਲੇ ਬੱਚੇ ਵੀ ਸਿਲੈਕਟ ਕੀਤੇ ਨੇ ਤੇ ਇਹਦੇ ਨਾਲ ਹੀ 34 ਨੰਬਰ ਵਾਲਾ ਬੱਚਾ ਵੀ ਸਿਲੈਕਟ ਹੋਇਆ। ਇਹ ਬੱਚਾ ਮੰਨ ਲਓ ਪਹਿਲੇ ਰੈਂਕ ਤੇ ਹੈ। ਇਹ ਦੂਜੇ ਰੈਂਕ ਤੇ ਹੈ। ਤਾਂ ਪਹਿਲੇ ਰੈਂਕ ਵਾਲੇ ਬੱਚੇ ਨੂੰ ਵੀ ਪ੍ਰਾਈਜ਼ ਵਾਸਤੇ ਲਿਆਗਾ ਤੇ ਦੂਜੇ ਰੈਂਕ ਵਾਲੇ ਨੂੰ ਵੀ ਲਿਆਗਾ। ਦੇਖੋ ਪੂਰੀ ਮੈਰਿਟ ਲਿਸਟ ਮੇਰੇ ਕੋਲ ਵੀ ਨਹੀਂ ਹੈਗੀ। ਸਿਰਫ ਮੈਂਨੇ ਜਿਹੜੇ ਤੁਹਾਨੂੰ ਲਿੰਕ ਪਹਿਲਾਂ ਭੇਜਿਆ ਸੀ ਉਹਦੇ ਵਿੱਚੋਂ ਡਰਾਈਵ ਦੇਖ ਕੇ ਹੀ ਆਪਣੇ ਕੋਲੋਂ ਕੈਲਕੂਲੇਸ਼ਨ ਕੀਤੀ ਹੈ ਵੀ ਕਿਹੜੇ-ਕਿਹੜੇ ਬੱਚੇ ਚੁਣੇਗੇ। ਤਉਹਦੇ ਮੁਤਾਬਕ 35 ਵਾਲਾ ਬੱਚਾ ਵੀ ਸਿਲੈਕਟ ਹੋਇਆ ਤੇ 34 ਵਾਲਾ ਵੀ ਸਿਲੈਕਟ ਹੋਇਆ ਕਿਹੜੀ ਕਲਾਸ 9th 33 ਵਾਲਾ ਬੱਚਾ ਤੀਜੇ ਨੰਬਰ ਤੇ ਹੈ ਪਰ ਇਹ ਪ੍ਰਾਈਜ਼ ਲਈ ਫਿਲਹਾਲ ਯੋਗ ਨਹੀਂ ਗਿਨਾ ਗਿਆ ਜਿੰਨਾ ਕਿ ਮੈਂ ਨੇ ਕੈਲਕੂਲੇਸ਼ਨ ਕੀਤੀ ਹੈ ਇਸ ਤਰ੍ਹਾਂ 10ਵੀਂ ਦੇ ਵਿੱਚ 624 ਬੱਚੇ ਨੇ ਇਹ ਕੇਵਲ ਪੂਰੇ ਨੰਬਰਾਂ ਵਾਲੇ ਹੀ ਲੈ ਗਏ ਮਤਲਬ ਜਿੰਨਾ ਦਾ ਰੈਂਕ 1 ਹੈ ਤੇਰਾ ਮਤਲਬ ਸਿੰਪਲ ਜੀ ਗੱਲ ਹੈ 6ਵੀਂ 7ਵੀਂ 8ਵੀਂ ਤੇ 10ਵੀਂ ਇਹਦੇ ਵਿੱਚ ਜਿਹੜੇ ਫੁੱਲ ਮਾਰਕਸ ਵਾਲੇ ਨੇ ਕੇਵਲ ਇਹਨਾਂ ਨੂੰ ਹੀ ਕੀ ਮਿਲੂਗਾ ਪ੍ਰਾਈਜ਼ ਮਿਲੂਗਾ ਤੇ ਜਿਹੜੀ 9ਥ ਹੈ ਇਹਦੇ ਵਿੱਚ 34 ਐਂਡ 35 ਦੋਨਾਂ ਮਾਰਕਸ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਪ੍ਰਾਈਜ਼ ਮਿਲੂਗਾ ਸਾਰੇ ਬੱਚਿਆਂ ਨੂੰ ਪਹਿਲਾਂ ਤਾਂ ਵਧਾਈ ਜਿਹੜੇ ਬੱਚੇ ਪ੍ਰਾਈਜ਼ ਲਈ ਚੁਣੇਗੇ ਤੇ ਜਿਹੜੇ ਬੱਚੇ ਨਹੀਂ ਵੀ ਚੁਣੇਗੇ ਉਹ ਵੀ ਖੁਸ਼ ਹੋਣ ਕਿਉਂਕਿ ਉਹਨਾਂ ਦੇ ਮਾਰਕਸ ਬਹੁਤ ਅੱਛੇ ਆਏ ਨੇ ਇਹ ਹੈ ਤੁਹਾਡੀ ਡਿਸਟ੍ਰਿਕਟ ਵਾਰ ਸੂਚੀ ਜਿਵੇਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ 6ਵੀਂ ਦੇ ਵਿੱਚ ਇਹਨਾਂ ਦੇ 292 ਬੱਚੇ ਸਿਲੈਕਟ ਹੋਏ ਨੇ 7ਵੀਂ ਵਿੱਚ 201 8ਵੀਂ ਵਿੱਚ 33 33 9ਥੀ ਵਿੱਚ 168 ਤੇ 10ਥ ਵਿੱਚ 36 ਸੇਮ ਫਰੋਂ ਤੁਸੀਂ ਆਪਣਾ ਡਿਸਟ੍ਰਿਕਟ ਕੋਈ ਵੀ ਚੱਕ ਕਰ ਸਕਦੇ ਹੋ ਲਿਸਟ ਤੁਹਾਡੇ ਸਾਹਮਣੇ ਮਤਲਬ ਇੰਨੇ ਕੇ ਬੱਚੇ ਹੀ ਸਿਲੈਕਟ ਹੋਏ ਨੇ ਠੀਕ ਹੈ ਹੁਣ ਤੁਹਾਡਾ ਡਿਸਟ੍ਰਿਕਟ ਜੇ ਨਹੀਂ ਹੈ ਅੱਗੇ ਹੋਗੀ ਸੂਚੀ ਦੇ ਵਿੱਚ ਆ ਦੇਖੋ ਪੂਰੀ ਸੂਚੀ ਹੈ ਦੇਖ ਲਓ ਮੈਂ ਕਮੈਂਟ ਲਈ ਪੋਜ਼ ਕਰ ਲੈਣਾ ਠੀਕ ਹੈ ਦੇਖ ਲੈ ਬੇਟਾ ਤਾਂ ਜੇਤੂ ਵਿਦਿਆਰਥੀਆਂ ਨੂੰ ਉਕਤ ਸਾਰਣੀ ਮੁਤਾਬਕ ਨਾਮ ਰਾਸ਼ੀ ਲਈ ਫੰਡ ਭੇਜ ਦਿੱਤੇ ਗਏ ਨੇ ਤੇ ਮੈਰਿਟ ਸਰਟੀਫਿਕੇਟ ਜਲਦ ਹੀ ਭੇਜ ਦਿੱਤੇ ਜਾਣਗੇ 올ੰਪੀਅਰ ਦਾ ਰਿਜ਼ਲਟ ਨਾਲ ਨੱਥੀ ਕਰਕੇ ਭੇਜਿਆ ਜਾ ਰਿਹਾ ਉਹ ਜੇ ਆਇਆ ਨਹੀਂ ਕੋ ਤੁਹਾਨੂੰ ਕਾਲੀ ਸੀ ਵੀ ਛੇਤੀ ਸਾਨੂੰ ਦੱਸ ਦੋ ਠੀਕ ਹੈ ਇਹ ਵਿਦਿਆਰਥੀਆਂ ਨੂੰ ਦੇਣੇ ਨੇ ਸਕੂਲ ਵੱਧਰ ਤੇ ਬਕਾਇਦਾ ਰਿਕਾਰਡ ਰੱਖਣਾ ਉਹ ਤੁਹਾਨੂੰ ਕੋਈ ਏਡੀ ਗੱਲ ਨਹੀਂ ਠੀਕ ਹੈ ਉਮੀਦ ਹੈ ਵੀ ਤੁਹਾਨੂੰ ਪਤਾ ਚੱਲ ਗਿਆ ਹੋਊਗਾ ਸੋ Again, congratulations. Thank you.